ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਜੀ। ਵੈਲਕਮ ਟੂ ਅਨਦਰ ਵਲੋਗ। ਕਰਦੇ ਹਾਂ ਜੀ ਅੱਜ ਦੇ ਵਲੋਗ ਦਾ ਆਗਾਜ਼। ਅਤੇ ਜਿਹੜੇ ਵੀ ਚੈਨਲ 'ਤੇ ਦੋਸਤ ਨਵੇਂ ਆ, ਪਹਿਲੀ ਵਾਰੀ ਦੇਖਣ ਲੱਗ ਗਿਆ ਜੀ, ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕੋਈ ਚੰਗਾ ਜਿਹਾ ਕਮੈਂਟ ਵੀ ਕਰ ਦਿਓ। ਅਤੇ ਬੇਸਿਕਲੀ ਅੱਜ ਆਪਾਂ ਜਾਣਾ ਸੀ ਚਨਿਓਟ। ਚਨਿਓਟ ਗਏ ਸੀਗੇ, ਪਿੰਡੀ ਭੱਟੀਆਂ ਦੇ ਅੱਗੇ ਗਏ ਸੀਗੇ, ਤਕਰੀਬਨ ਸਪੈਸ਼ਲ ਉੱਥੇ ਗਏ ਸੀ ਕਜ਼ਨ ਦੇ ਨਾਲ। ਅਤੇ ਦਵਾਈ ਵਗੈਰਾ ਲੈ ਕੇ ਆਏ ਹਾਂ, ਇੱਕ ਮੈਡੀਸਨ ਵਗੈਰਾ, ਉੱਥੇ ਹੋਸਪਿਟਲ ਹੈ ਇੱਕ, ਉੱਥੋਂ ਲੈ ਕੇ ਆਏ ਸੀਗੇ। ਸਪੈਸ਼ਲ ਇੰਨੀ ਦੂਰ ਗਏ ਸੀਗੇ। ਅਤੇ ਰਾਸਤੇ ਦੇ ਅੰਦਰ ਜਾਂਦਿਆਂ ਹੋਇਆਂ ਨਾ, ਇੱਕ ਗੱਡੀ ਵਾਲਾ ਸੀਗਾ ਆਪਣੇ ਨਾਲ ਨਾਲ ਹੀ ਜਾ ਰਿਹਾ ਸੀ ਥੋੜ੍ਹਾ ਕੁ ਅੱਗੇ, ਅਤੇ ਕਾਫੀ ਖਤਰਨਾਕ ਉਹਦਾ ਐਕਸੀਡੈਂਟ ਵੀ ਹੋਇਆ ਵਾ। ਅਤੇ ਐਕਸੀਡੈਂਟ ਉਹਦਾ ਇਸ ਤਰ੍ਹਾਂ ਹੋਇਆ ਵਾ ਕਿ ਉਹ ਜਾ ਰਿਹਾ ਸੀਗਾ ਆਪਣੀ ਕਾਰ ਲੈ ਕੇ, ਅਤੇ ਅੱਗੇ ਆ ਗਏ ਬੱਕਰੀਆਂ, ਅਤੇ ਜਿਹਦੀ ਵਜ੍ਹਾ ਤੋਂ ਸਾਡਾ ਨੁਕਸਾਨ ਵੀ ਹੋਣ ਲੱਗਾ ਸੀ, ਲੇਕਿਨ ਬਚ ਬਚਾ ਹੋ ਗਿਆ। ਬਾਕੀ ਜੀ ਤੁਸੀਂ ਵੀਡੀਓ ਵਗੈਰਾ ਦੇਖੋ, ਚਨਿਓਟ ਗਏ ਸੀਗੇ, ਬਾਰਿਸ਼ ਵੀ ਅੱਜ ਵਾਹਵਾ ਜ਼ਿਆਦਾ ਹੋਈ ਆ। ਅਤੇ ਫਿਰ ਆਪਾਂ ਬਾਅਦ 'ਚ ਮਿਲਦੇ ਹਾਂ, ਪਹਿਲੇ ਉਹ ਵੀਡੀਓ ਦੇਖ ਲਓ। ਓਕੇ, ਇੱਥੇ ਜੀ ਮੇਰਾ ਕਜ਼ਨ ਮੇਰੇ ਨਾਲ ਆ, ਇਸ ਟਾਈਮ ਜਾ ਰਹੇ ਹਾਂ। ਮਿਲਤ ਰੋਡ 'ਤੇ ਆਵਾਜ਼ ਸੀਗੀ ਥੋੜ੍ਹੀ ਕੁ ਨਾ ਹਵਾ ਦੇ ਨਾਲ ਖਰਾਬ ਹੋਣ ਡੀ, ਇਸ ਵਜ੍ਹਾ ਤੋਂ ਮੈਂ ਉੱਥੇ ਵੋਇਸ ਓਵਰ ਕਰਨ ਡਿਆ ਵੀਡੀਓ 'ਤੇ। ਅਤੇ ਇੱਥੋਂ ਹੁਣ ਸਿੱਧਾ ਜਾਣਾ ਵਾ ਆਪਾਂ ਪਿੰਡੀ ਪੱਟੀਆਂ ਵਾਲੇ ਰੋਡ 'ਤੇ, ਕਿਉਂਕਿ ਜਾਣਾ ਚਨਿਓਟ ਵੱਲ, ਲੇਕਿਨ ਆਪਾਂ ਚਨਿਓਟ ਦੇ ਵਿੱਚ ਉਦੀ ਨਹੀਂ ਜਾਣਾ ਹੈਗਾ। ਅਤੇ ਬਾਕੀ ਸਫ਼ਰ ਇੰਜੋਏ ਕਰੋ, ਅਤੇ ਵੀਡੀਓ ਨੂੰ ਲਾਈਕ ਕਰੋ, ਅਤੇ ਇੱਕ ਚੰਗਾ ਕਮੈਂਟ ਕਰ ਦਿਓ ਬੇਸਿਕਲੀ ਆਪਣੀ ਇਸ ਵੀਡੀਓ ਨੂੰ। ਅੱਗੇ ਜਾਣਾ ਵਾ ਸਿੱਧਾ ਤਕਰੀਬਨ ਕਿੰਨੀ ਭੱਟੀਆਂ ਵੀ ਜਾਣਾ ਹੈਗਾ, ਚਨਿਓਰ ਦਾ ਲੱਗ ਜਾਂਦਾ। ਬੱਦਲ ਵੀ ਬਹੁਤ ਜ਼ਿਆਦਾ ਹੋਇਆ ਵਾ, ਏਡੀ ਦੂਰ ਆਏ ਸੀਗੇ ਜੀ, ਦਵਾਈ ਲੈਣ ਆਏ ਸੀ, ਦਵਾਈ ਆਪਾਂ ਲੈ ਲਈ ਆ, ਅਤੇ ਹੁਣ ਚੱਲਦੇ ਹਾਂ ਸਿੱਧਾ ਘਰ ਨੂੰ। ਮੌਸਮ ਆਪਣਾ ਉਹ ਸਾਹਮਣੇ ਦਰਿਆ ਚਨਾਬ ਵਾ, ਦਰਿਆ ਚਨਾਬ ਦਾ ਬੰਨ ਲੱਗਾ ਵਾ, ਲਾਹੌਰ ਰੋਡ ਜਾਂਦਾ ਸਿੱਧਾ ਪਿੰਡੀ ਪੱਟੀ।
ਰਸ਼ ਸਟਾਰਟ ਹੋ ਗਈ ਜੀ ਕਾਫੀ ਤੇਜ਼, ਤੇ ਇੱਥੇ ਇੱਕ ਸਾਨੂੰ ਸਮੋਸਿਆਂ ਵਾਲੀ ਦੁਕਾਨ ਨਜ਼ਰ ਆਈ ਆ, ਉੱਥੇ ਆ ਕੇ ਰੁਕ ਗਏ ਹਾਂ ਤੇ ਬਾਕੀ ਮੌਸਮ ਦੀ ਸੂਰਤ ਹਾਲ ਤੁਹਾਡੇ ਸਾਹਮਣੇ ਆ। ਬਾਰਿਸ਼ ਵਾਹਵਾ ਤੇਜ਼ ਆ, ਇੱਥੇ ਆ ਕੇ ਰੁਕੇ ਹਾਂ, ਜਦੋਂ ਬਾਰਿਸ਼ ਰੁਕਦੀ ਫੇਰ ਕੇ ਜਾਂਦੇ ਹਾਂ। ਹੋਰ ਸਾਹਮਣੇ ਡੈਂਪਰ ਆਈ ਆਪਣੇ ਕਜ਼ਨ ਦਾ ਵਾ ਜ਼ਹੀਰ ਸਾਹਿਬ, ਉਹ ਸਾਹਮਣੇ ਹਰਮੋਇਆ ਚ ਰਹਿੰਦੇ, ਉਹ ਸਾਹਮਣੇ ਪਿੰਡ ਆ। ਇੱਥੇ ਜੀ ਇੱਕ ਕਾਰ ਦਾ ਐਕਸੀਡੈਂਟ ਹੋਇਆ ਜੋ ਕਿ ਨਾ ਕਾਫੀ ਖਤਰਨਾਕ ਤਰੀਕੇ ਨਾਲ ਹੋਇਆ। ਸਾਡੇ ਅੱਗੇ ਅੱਗੇ ਇਹ ਕਾਰ ਆ ਰਹੀ ਸੀਗੀ, ਮਤਲਬ ਜ਼ਿਆਦਾ ਫਾਸਲਾ ਨਹੀਂ ਸੀਗਾ, ਅਤੇ ਇਹਦੇ ਅੱਗੇ ਆਏ ਆ ਦੋ ਬੱਕਰੀਆਂ, ਇੱਕ ਬੱਕਰਾ ਸੀਗਾ ਜੋ ਕਿ ਕਾਰ ਆ ਕੇ ਸਿੱਧੀ ਵੱਜੀ ਆ ਬੱਕਰੀਆਂ ਦੇ ਵਿੱਚ, ਅਤੇ ਬੱਕਰੀਆਂ ਉਸੇ ਜਗ੍ਹਾ 'ਤੇ ਹਲਾਲ ਹੋ ਗਈਆਂ, ਅਤੇ ਗੱਡੀ ਦੀ ਤਕਰੀਬਨ 2-3 ਕਲਾਬਾਜ਼ੀਆਂ ਪਈਆਂ ਸੜਕ ਤੋਂ ਆ ਕੇ ਇੱਥੇ ਪੱਠਿਆਂ 'ਚ ਡਿੱਗੀ ਆ, ਅਤੇ ਕਾਫੀ ਨਾ ਨੁਕਸਾਨ ਹੋ ਗਿਆ। ਜਿਹੜਾ ਵਿੱਚ ਆਦਮੀ ਸੀਗਾ ਨਾ ਬੈਠਾ, ਨੌਜਵਾਨ ਹੀ ਸੀਗਾ, 20-21 ਸਾਲ ਉਹਦੀ ਉਮਰ ਸੀਗੀ, ਅਤੇ ਉਹ ਟੋਟਲੀ ਨਾ ਬਚ ਬਚਾ ਹੋ ਗਿਆ ਉਹ, ਕਿਉਂਕਿ ਉਹ ਏਅਰ ਬੈਗ ਖੁੱਲ੍ਹ ਗਿਆ ਗੱਡੀ ਦੇ ਟਾਈਮ ਦੇ ਨਾਲ, ਅਤੇ ਇਸ ਵਜ੍ਹਾ ਤੋਂ ਬਚ ਬਚਾ ਹੋ ਗਿਆ, ਅਤੇ ਉਹਨੂੰ ਇੱਥੇ ਦੇ ਮੁਕਾਮੀ ਲੋਕ ਆ ਜਿਹੜੇ ਉਹ ਫੜ ਕੇ ਲੈ ਗਏ ਆ, ਅਤੇ ਬੱਕਰੀਆਂ ਆ ਜਿਹੜਾ ਹਲਾਲ ਹੋਈ ਆ ਅਤੇ ਤੁਹਾਡੇ ਸਾਹਮਣੇ ਆ। ਬਾਕੀ ਗੱਡੀ ਦੀ ਹਾਲਤ ਵੀ ਬਹੁਤ ਨਾਜ਼ੁਕ ਹੋਈ ਆ, ਅਤੇ ਬੱਕਰੀਆਂ ਵਾਲੇ ਕਹਿ ਰਹੇ ਕਿ ਸਾਡਾ ਨਹੀਂ ਕਸੂਰ ਹੈਗਾ, ਬੱਕਰੀਆਂ ਵੈਸੇ ਹੀ ਚੱਲਦੀਆਂ ਸੜਕ 'ਤੇ ਚੱਲ ਗਈਆਂ, ਅਤੇ ਸੜਕ ਵਾਲਾ ਕਾਰ ਵਾਲਾ ਭਾਈ ਕਹਿ ਰਿਹਾ ਕਿ ਮੇਰੇ ਅੱਗੇ ਯਕਦਮ ਆਈਆਂ ਵਾ, ਮੈਂ ਓਵਰ ਸਪੀਡਿੰਗ 'ਚ ਨਹੀਂ ਸੀਗਾ, ਅਤੇ ਬਾਕੀ ਗੱਡੀ ਵੀ ਆਪਣੀ ਨਾਰਮਲ ਸਪੀਡ 'ਤੇ ਸੀਗੀ, ਅਤੇ ਬੱਕਰੀਆਂ ਵੀ ਆਪਣੀਆਂ ਸੜਕ 'ਤੇ ਸਾਈਡ 'ਤੇ ਸੀਗੀਆਂ। ਬਸ ਜੋ ਹੁਣ ਅਸੀਂ ਹੋ ਗਿਆ, ਬਾਕੀ ਤੁਹਾਡੀ ਹਾਲਤ ਸਾਹਮਣੇ ਆ, ਬਹੁਤ ਮਾੜਾ ਹੋਇਆ ਜੋ ਵੀ ਹੋਇਆ। ਜੋ ਕਿ ਨਾ ਬੜਾ ਹੀ ਖਤਰਨਾਕ ਸੀਗਾ ਹੋਇਆ, ਬੱਕਰੀ ਦੇ ਬੱਕਰੀਆਂ ਸੀਗੀਆਂ ਆਪਾਂ ਚੱਲੇ ਜੀ ਮੁਰੱਬੇ, ਹੁਣ ਸ਼ਾਮ ਦਾ ਟਾਈਮ ਆ ਅਤੇ ਆਪਾਂ ਸਲਿਓਟੋ ਹੋ ਕੇ ਆ ਗਏ ਸੀਗੇ। ਅਤੇ ਸ਼ਾਮ ਦਾ ਟਾਈਮ ਆ ਅਤੇ ਆਪਣੀ ਜਿਹੜੀ ਕਣਕ ਆ ਨਾ ਬਿਲਕੁਲ ਪੱਕ ਚੁੱਕੀ ਆ। ਕੱਲ੍ਹ ਵੀ ਬਹੁਤ ਜ਼ਿਆਦਾ ਬਾਰਿਸ਼ ਹੋਈ ਸੀਗੀ ਅਤੇ ਅੱਜ ਵੀ ਨਾ ਬਾਰਿਸ਼ ਹੋਈ ਆ, ਅੱਜ ਤਾਂ ਖੈਰ ਥੋੜ੍ਹੀ ਹੋਈ ਆ, ਲੇਕਿਨ ਕੱਲ੍ਹ ਬਹੁਤ ਜ਼ਿਆਦਾ ਬਾਰਿਸ਼ ਹੋਈ ਸੀਗੀ, ਜਿਹਦੀ ਵਜ੍ਹਾ ਤੋਂ ਨਾ ਕਣਕਾਂ ਨਹੀਂ ਤਾਂ ਨਾ ਬਾਰਿਸ਼ ਹੋਈ ਹੁੰਦੀ, ਆਪਾਂ ਹੁਣ ਤੱਕ ਵਧਾਉਣੀ ਸ਼ੁਰੂ ਕਰ ਦੇਣੀ ਸੀਗੀ। 5-6 ਦਿਨ ਕਣਕਾਂ ਹੋਰ ਲੇਟ ਹੋ ਜਾਣੀਆਂ ਵਾ, ਅਤੇ ਜੇ ਇਸੇ ਤਰ੍ਹਾਂ ਧੁੱਪਾਂ ਲੱਗਦੀਆਂ ਰਹੀਆਂ ਜਿਸ ਤਰ੍ਹਾਂ ਅੱਜ ਨਿਕਲੀ ਆ, ਅਤੇ ਇਸੇ ਤਰ੍ਹਾਂ ਧੁੱਪਾਂ ਲੱਗਦੀਆਂ ਰਹਿਣ, 5-6 ਦਿਨਾਂ ਬਾਅਦ ਆਪਣੀ ਹੁਣ ਵਾਢੀ ਦੁਬਾਰਾ ਸ਼ੁਰੂ ਹੋਣੀ ਆ। ਅਤੇ ਬਾਕੀ ਅੱਜ ਟਰੈਕਟਰ ਲੈ ਕੇ ਗਏ ਸੀਗੇ ਸਟਾਫ 'ਤੇ, ਉੱਥੇ ਗੇਟ ਜਿਹਨੂੰ ਕਹਿੰਦੇ ਆ, ਕਿਉਂਕਿ ਕਣਕ ਨੂੰ ਪਾਉਣੇ ਆ ਜਿਹੜੇ ਪੰਡਾ ਬਣਾ ਰੱਖੀ ਦੀਆਂ ਵਾ। ਬਾਕੀ ਜੇ ਪਿਛਲੀ ਵੀਡੀਓ 'ਚ ਤੁਹਾਨੂੰ ਮੈਂ ਦੱਸਿਆ ਸੀਗਾ ਆਪਣਾ ਜਿਹੜਾ ਇੱਕ ਮੇਨ ਅਕਾਊਂਟ ਸੀਗਾ ਨਾ ਟਿਕਟੋਕ ਦਾ, ਉੱਤੇ 60,000 ਫੋਲੋਵਰ ਸੀਗੇ ਆਪਣੇ, 1.5 million ਲਾਈਕ ਸੀਗੇ, ਉਹ ਕੱਲ੍ਹ ਦਾ ਹੋ ਚੁੱਕਿਆ ਬੈਨ, ਅਤੇ ਉਹ ਬੈਨ ਹੋਇਆ ਵਾ ਕਮਿਊਨਿਟੀ ਗਾਈਡਲਾਈਨ ਦੀ ਵਜ੍ਹਾ ਤੋਂ। ਉਹਨਾਂ ਦੀ ਇੱਕ ਵੀਡੀਓ ਮੈਂ ਅਪਲੋਡ ਕੀਤੀ ਜਿਹੜੀ ਉਹ ਕਮਿਊਨਿਟੀ ਗਾਈਡਲਾਈਨ ਹੋਈ, ਵੀਡੀਓ ਵੀ ਐਡੀ ਖਾਸ ਨਹੀਂ ਸੀਗੀ, ਆਮ ਹੀ ਸੀਗੀ, ਬਾਰਿਸ਼ ਹੋਣ ਡੀ ਸੀ, ਬਾਰਿਸ਼ ਦੇ ਵਿੱਚ ਇੱਕ ਵੀਡੀਓ ਬਣਾਈ ਅਪਲੋਡ ਕੀਤੀ ਆ, ਉਹ ਕਮਿਊਨਿਟੀ ਗਾਈਡਲਾਈਨ ਲੱਗੀ ਆ ਅਤੇ ਕੌਣ ਬੈਨ ਹੋ ਗਿਆ ਵਾ।
ਜੀ ਆਪਾਂ ਇਸ ਜਗ੍ਹਾ 'ਤੇ ਲਾਉਣੀ ਆ ਕਪਾਹ ਅਤੇ ਇੱਥੇ ਨਾ ਬੋਹਣ ਆਏ ਹਾਂ, ਬਾਰਿਸ਼ ਪਈ ਸੀ ਜਿਹਦੀ ਵਜ੍ਹਾ ਤੋਂ ਨਾ ਜ਼ਮੀਨ ਉੱਥੋਂ ਕਰੰਟ ਹੋਈ ਆ ਅਤੇ ਇੱਥੇ ਵਾਹ ਕੇ ਅਤੇ ਇੱਕ ਦੋ ਦਿਨਾਂ ਤੱਕ ਨਾ ਇੱਥੇ ਕਪਾਹ ਲਾ ਦੇਣੀ ਆ। ਇੱਥੇ ਜੀ ਆਪਾਂ ਬੀਜਣਾ ਥੋੜ੍ਹੇ ਕੁ ਵੱਢਣੇ ਆ ਪੱਠੇ ਬੱਕਰੀ ਦੇ, ਇੱਥੋਂ ਆਪਣੇ ਟੱਕ ਦੇ ਵਿੱਚ ਥੋੜ੍ਹੇ ਕੁ ਵੱਢ ਕੇ ਲੈ ਜਾਣੇ ਆ। ਜਿਹੜਾ ਅਲੀ ਹੈਦਰ ਅੱਜ ਗਿਆ ਸਕੂਲ ਅਤੇ ਆਪਣਾ ਨਾ ਕੱਲ੍ਹ ਨੂੰ ਇੱਥੇ ਆਹ ਜਿਹੜੀ ਜਗ੍ਹਾ 'ਚ ਕਮਾਦ ਲਾਉਣਾ ਵਾ ਦੋ ਕਨਾਲਾ ਜਗ੍ਹਾ ਬਰਸਨ ਦੀ, ਉਹ ਜਿਹੜੇ ਪਰੇ ਦੋ ਕਨਾਲਾ ਵਾ ਨਾ ਉੱਥੇ ਤਾਂ ਕਮਾਦ ਲਾ ਦਿੱਤਾ ਸੀਗਾ ਆਪਾਂ, ਤੁਸੀਂ ਪੀਹਣੀਆਂ ਤੋਂ ਪੀਹਣੀਆਂ ਵੀਡੀਓ 'ਤੇ ਦੇਖਿਆ ਹੋਣਾ ਵਾ ਉੱਥੇ ਕਮਾਦ ਲੱਗ ਗਿਆ ਅਤੇ ਆਹ ਜਗ੍ਹਾ 'ਤੇ ਰਹਿੰਦਾ। ਇੱਥੇ ਤਾਂ ਰਹਿੰਦਾ ਜਿੱਥੇ ਸੀਗੀ ਸਰੋਂ, ਸਰੋਂ ਆਪਾਂ ਗਾਹਤੀ ਆ ਸਾਰੀ ਅਤੇ ਇਧਰੋਂ ਕੰਮ ਫਿਨਿਸ਼ ਹੋ ਚੁੱਕਿਆ ਵਾ ਅਤੇ ਇੱਥੇ ਵੀ ਹੁਣ ਕਮਾਦ ਲਾ ਦੇਣਾ ਵਾ। ਇੱਥੋਂ ਵੱਢਦੇ ਹਾਂ ਥੋੜ੍ਹੇ ਕੁ ਪੱਠੇ, ਪੱਠੇ ਵੱਢ ਕੇ ਫਿਰ ਟਰੈਕਟਰ ਵੱਲ ਜਾਂਦੇ ਹਾਂ ਅਤੇ ਫਿਰ ਬਾਅਦ ਜਾਣਾ ਘਰ ਨੂੰ, ਸ਼ਾਮ ਨੂੰ ਜਾਣਾ ਵਾ। ਆਪਣੀ ਨਾ ਕਣਕ ਲਈ ਥੋੜ੍ਹੇ ਕੁ ਛੁੱਬੇ ਜਾਂ ਵੇਟ ਵਗੈਰਾ ਲੈ ਕੇ ਆਉਣੇ, ਉਹ ਵੀ ਲੈ ਕੇ। ਬਾਕੀ ਆਹ ਪਏ ਆ, ਆਹ ਪੱਠੇ ਇੱਥੋਂ ਵੱਢਣੇ ਆ। ਲਓ ਜੀ ਪੱਠੇ ਆਪਣੇ ਵੱਢ ਹੋ ਗਏ ਆ ਅਤੇ ਇੰਨੇ ਕੁ ਲਈ ਆਈਦੇ ਆ, ਬਾਕੀ ਇਹਨਾਂ ਨੂੰ ਪਾਉਂਦੇ ਆ। ਲਓ ਜੀ ਪੰਡ ਪੁੰਡ ਪਾ ਗਈ, ਆ ਕੇ ਬੰਨਣੀ ਹੁਣ, ਬੂਣੀ ਆਉਣਗੇ ਦੋ ਜਣੇ ਰਲ ਕੇ ਬੰਨ ਕੇ, ਜਦੋਂ ਵਾਹ ਕੇ ਟਰੈਕਟਰ ਦੇ ਆਪਾਂ ਚੱਲ ਜਾਣਾ ਘਰ। ਬਾਕੀ ਇੱਥੇ ਆਪਣਾ ਜਿੰਨਾ ਵੀ ਲਸਣ ਸੀਗਾ, ਲਸਣ ਸਾਰਾ ਪੁੱਟ ਕੇ ਲੈ ਗਏ ਆਪਾਂ ਘਰ ਨੂੰ, ਉਹ ਜਾ ਕੇ ਰੱਖ ਵੀ ਦਿੱਤਾ ਸੀਗਾ ਗਰਾਜ 'ਚ। ਵਿਆਹ ਸ਼ਾਇਦ ਤੁਸੀਂ ਦੇਖਿਆ ਹੋਵੇ, ਨਹੀਂ ਤਾਂ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ। ਲਓ ਜੀ ਆਹ ਸਾਰਾ ਵਾਹ ਹੋ ਗਿਆ, ਇੱਧਰਲਾ ਵੀਗਾ ਵੀ ਅਤੇ ਇੱਧਰਲਾ ਵੀਗਾ ਵੀ ਆਲਮੋਸਟ ਥੋੜ੍ਹਾ ਜਿਹਾ ਹੀ ਰਹਿ ਗਿਆ ਵਾ, ਅਤੇ ਸਾਹਮਣੇ ਆਪਣਾ ਟਾਇਰ ਤੁਰ ਕੇ ਆ ਰਿਹਾ ਵਾ। ਇੱਥੇ ਬੀਜਣੀਆਂ ਕਪਾਹ ਬੀਜਣੀ ਆਪਾਂ ਪਹਿਲੀ ਵਾਰੀ, ਕਿਉਂਕਿ ਹਰ ਵਾਰੀ ਗਾਚਾ ਬੀਜ ਲਈ ਤਾਂ ਤਿਲੀ ਬੀਜ ਲਈ, ਇੱਦਾਂ ਦੀਆਂ ਜਗ੍ਹਾ ਬੀਜਣੀ ਆਪਣੇ ਵਾਲੇ ਕਪਾਹ ਨਹੀਂ ਬੀਜ ਰਿਹਾ ਸੀ, ਕਪਾਹ ਵੀ ਬੀਜਣੀ ਇੱਥੇ ਕਪਾਸ। ਬਾਕੀ ਜੀ ਵਲੋਗ ਆਪਣਾ ਇੱਥੇ ਤੱਕ ਹੀ ਆ, ਅਤੇ ਕਾਫੀ ਛੋਟਾ ਜਿਹਾ ਵਲੋਗ ਬਣਾਇਆ ਸੀਗਾ, ਬੇਸਿਕਲੀ ਜਾਣਾ ਸੀਗਾ ਆਪਾਂ ਕਾਫੀ ਦੂਰ ਅਤੇ ਇਸ ਵਾਸਤੇ ਛੋਟਾ ਵਲੋਗ ਬਣਿਆ ਵਾ। ਅਤੇ ਕਣਕਾਂ ਦੀ ਸੂਰਤ ਹਾਲ ਦੇਖ ਸਕਦੇ ਹੋ, ਬਿਲਕੁਲ ਪੱਕੀਆਂ ਹੋਈਆਂ ਵਾ ਅਤੇ ਬਸ ਬਾਰਿਸ਼ ਦਾ ਕਰਕੇ ਨਾ ਲੇਟ ਹੋ ਗਏ ਹਾਂ, ਨਿਕਲ ਹੋਣਾ ਨਹੀਂ ਸੀਗਾ। ਅਤੇ ਜੀ ਬਾਕੀ ਵਲੋਗ ਆਪਣਾ ਇੱਥੇ ਤੱਕ ਹੀ ਆ, ਚੈਨਲ 'ਤੇ ਜਿਹੜੇ ਵੀ ਦੋਸਤ ਨਵੇਂ ਗੁਜ਼ਾਰਿਸ਼ ਆ, ਲਾਈਕ ਸਬਸਕ੍ਰਾਈਬ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਕਿ ਤੁਹਾਨੂੰ ਕਿਸੇ ਵੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਰ ਵਕਤ ਮਿਲਦਾ ਰਹੇ।